ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗੱਲ ਪਿੰਡ ਹਰੀਗੜ੍ਹ ਜ਼ਿਲ੍ਹਾ ਬਰਨਾਲਾ ਸੋ ਦੋਸਤੋ ਇਹਨਾਂ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਟਰੈਕਟਰ ਦੇਖੀ ਜਾਂਦੇ ਹੋ ਇਹ 5911 ਟਰੈਕਟਰ ਹੈ ਤੇ 1985 ਮਾਡਲ ਹੈ 1985 ਦੇ ਵਿੱਚ ਇਹ ਟਰੈਕਟਰ ਪਿੰਡ ਕਣੌਰੀਗੜਾਂ ਦੇ ਵਿੱਚ ਆਇਆ ਸੀ ਸਾਡੇ ਬਾਈ ਜਗਦੀਪ ਸਿੰਘ ਹੋਰਾਂ ਦੇ ਘਰੇ ਉਹਨਾਂ ਨੇ ਡੈਡੀ ਨਹੀਂ ਲਿਆਂਦਾ ਸੀਗਾ ਕਿਉਂ ਧੂਰੀ ਇਲਾਕੇ ਦਾ ਪਿੰਡ ਹੈ ਇਹ ਕਣੌਰੀ ਕਲਾਂ ਉੱਥੇ ਗੰਨੇ ਦਾ ਕੰਮ ਹੁੰਦਾ ਰਹਿੰਦਾ ਹੈ ਤੇ ਗੰਨੇ ਦਾ ਵੱਧ ਏਰੀਆ ਕਰਕੇ ਕਿਉਂ ਧੂਰੀ ਦੇ ਵਿੱਚ ਜਿਹੜੀ 슈ਗਰ ਮਿਲ ਲਾ ਤੇ ਗੰਨੇ ਦੀ ਢੋਟ ਢਵਾਈ ਦੇ ਲਈ ਉਦੋਂ ਉਹਨਾਂ ਨੇ 1985 ਦੇ ਵਿੱਚ ਇਹ 5911 ਟਰੈਕਟਰ ਲਿਆਂਦਾ ਸੀ ਜਿਹਦਾ ਨੰਬਰ ਪੀ ਜੇ ਐਸ 2495 ਆ ਉਦੋਂ ਬਾਅਦ ਨਾ ਕੀ ਹੋਇਆ ਬਾਈ ਮਨ ਕੇ ਚੱਲੋ ਵੀ ਅੱਜ ਤੋਂ 8-10 ਸਾਲ ਪਹਿਲਾਂ ਇਹ ਬਾਈ ਹੁਰਿਆਂ ਨੇ ਟਰੈਕਟਰ ਇਹ ਵੇਚਤਾ ਸੀਗਾ ਸੰਘੇੜੇ ਵਪਾਰੀਆਂ ਨੂੰ ਤੇ ਸੰਘੇੜੇ ਵਪਾਰੀਆਂ ਨੂੰ ਵੇਚਤਾ ਤੇ ਉਦੋਂ ਬਾਅਦ ਉਹਨਾਂ ਤੋਂ ਵੀ ਪਤਾ ਕਰਿਆ ਵੀ ਯਾਰ ਟਰੈਕਟਰ ਅੱਗੇ ਕਿੱਥੇ ਗਿਆ ਗਿਆ ਇਹ ਪਰ ਹੁਣ ਬਾਈ ਹੁਰੇ ਹੀ ਕਹਿੰਦੇ ਕਹਿੰਦੇ ਵੀ ਸਾਡਾ ਮਨ ਆਇਆ ਵੀ ਯਾਰ ਜਿਹੜਾ ਟਰੈਕਟਰ ਆਪਾਂ ਸ਼ੁਰੂ ਚ ਲੈਤਾ ਸੀ ਆਪਣੇ ਬਿਊਰਗਾਣੇ ਬਿਊ ਟਰੈਕਟਰ ਦੁਬਾਰਾ ਹੀ ਲੈਣਾ ਸੋ ਤੁਸੀਂ ਸਾਰੇ ਵੀਰ ਦੇਖ ਲਓ ਵੀ 911 ਟਰੈਕਟਰ ਹੈ ਪੀ ਜੀ ਐਸ 2495 ਦਾ ਨੰਬਰ ਹੈਗਾ ਸਾਨੂੰ ਕਿਤੇ ਵੀ ਇਹ ਟਰੈਕਟਰ ਦੀ ਦੱਸ ਪੈਂਦੀ ਹੈ ਜਾਂ ਇਹ ਟਰੈਕਟਰ ਕਿਸੇ ਵੀਰ ਕੋਲੇ ਮਿਲਦਾ ਤਾਂ ਉੱਪਰ ਦਿੱਤੇ ਨੰਬਰਾਂ ਤੇ ਸੰਪਰਕ ਕੀਤਾ ਜਾਵੇ ਜਿਹੜਾ ਬਾਈ ਇਹ ਟਰੈਕਟਰ ਦੀ ਦੱਸ ਪਾਊਗਾ ਵੀ ਇਹ ਆ ਪਿੰਡ ਦੇ ਵਿੱਚ ਆ ਆ ਉਰੇ ਖੜਾਗਾ ਮੰਨ ਲਓ ਕਿ ਜਲੋ ਵੀ ਸਾਨੂੰ ਇਹਦਾ ਪਤਾ ਲੱਭ ਕੇ ਦੱਸੂਗਾ ਉਹ ਬਾਈ ਨੂੰ ਸਾਡੇ ਵੱਲੋਂ ਸਪੈਸ਼ਲ ਉਹਦਾ ਮਾਨ ਤਨ ਕੀਤਾ ਜਾਊਗਾ ਧੰਨਵਾਦ ਤਾਂ ਕਰ ਨਹੀਂ ਕਰਨਾ ਨਾਲ ਕੁਝ ਜੇ ਹੋ ਸਕੇ ਆ ਤਾਂ ਜ਼ਰੂਰ ਉਹਦਾ ਪੈਸੇ ਦੇ ਕੇ ਵੀ ਮਾਨਤਾਣ ਕਰਾਂਗੇ ਵੀ ਯਾਰ ਆਪਦੇ ਵੱਲੋਂ ਜਿੰਨਾ ਵੀ ਸਾਡੇ ਕੋਲ ਵੱਲੋਂ ਪਹੁੰਚ ਹੋਈ ਤੇ ਉਸ ਤੋਂ ਬਾਅਦ ਗੱਲ ਆ ਗਈ ਬਾਈ ਇਹ ਟਰੈਕਟਰ ਜ਼ਰੂਰ ਲੱਭ ਕੇ ਦਿਓ ਕਿਉਂ ਬਾਈ ਹੁਰੀ ਕਹਿੰਦੇ ਯਾਰ ਅਸੀਂ ਵੇਚ ਕੇ ਪਸਤੌਣੇ ਆਂਗੇ ਵੀ ਯਾਰ ਆਪਦਾ ਖੁੱਦ ਦਾ ਪਿਤਾ ਪੁਰਖੀ ਟਰੈਕਟਰ ਈ ਚਲੋ ਉਦੋਂ ਕਿਸੇ ਕਾਰਨ ਬੰਦਾ ਵੇਚ ਦਿੰਦਾ ਹਨਾ ਹੁਣ ਸਾਨੂੰ ਪਤਾ ਵੀ ਪੁਰਾਣੇ ਟਰੈਕਟਰ ਮੋਡੀਫਾਈ ਕਰਨ ਦਾ ਰਵਾਜ ਆ ਗਿਆ ਵੀ ਹਰੇਕ ਬੰਦੇ ਨੂੰ ਐ ਹੁੰਦਾ ਵੀ ਯਾਰ ਆਪਦੇ ਦਾਦੇ ਜਿੰਦੀਆਂ ਪਿਤਾ ਪੁਰਖਿਆਂ ਦੀਆਂ ਚੀਜ਼ਾਂ ਨਿਸ਼ਾਨੀਆਂ ਸਾਹਮਣੇ ਰੱਖੀਏ ਹਨ ਸੋ ਉਸੇ ਦੇ ਆਧਾਰ ਤੇ ਬਾਈ ਸੋ ਜਿਸ ਵੀ ਵੀਰ ਨੂੰ ਮਿਲਦਾ ਹੈ ਇਹ ਟਰੈਕਟਰ 911 ਬਾਰੇ ਜ਼ਰੂਰ ਦੱਸ ਪਾਈ ਜਾਵੇ ਬਾਈ ਦਾ ਸਪੈਸ਼ਲ ਮਾਨਤਾਣ ਕੀਤਾ ਜਾਊਗਾ ਤੇ ਨਏ ਉਹਨੂੰ ਅਸੀਂ ਆਪਦੇ ਚੈਨਲ ਵੱਲੋਂ ਉਹਦੀ ਵੀਡੀਓ ਬਣਾ ਕੇ ਉਹਦਾ ਧੰਨਵਾਦ ਕਰਾਂਗੇ ਇਹ ਬਾਈ ਕਣੌਰੀ ਕਲਾਂ ਪਿੰਡ ਦੇ ਵਿੱਚ ਟਰੈਕਟਰ ਆਇਆ ਸੀ ਜਿਹਦੀ ਧੂਰੀ ਦੇ ਲਵੇ ਪਿੰਡ ਪਾਇੰਦਾ ਜ਼ਿਲ੍ਹੇ ਸੰਗਰੂਰ ਦੇ ਵਿੱਚ ਪਿੰਡ ਆ ਇਹ ਕਣੌਰੀ ਕਲਾਂ ਤੇ ਜਿਹਨੂੰ ਵੀ ਇਹ ਟਰੈਕਟਰ ਬਾਰੇ ਪਤਾ ਲੱਗਦਾ ਹੈ ਤਾਂ ਉਹ ਜਰੂਰ ਦੱਸੋ ਮੇਰਾ ਵੀਰ ਇਹ ਟਰੈਕਟਰ ਅਖੀਰਲੀ ਵਾਰ ਸੰਘੇੜਿਆਂ ਦੇ ਵਪਾਰੀਆਂ ਕੋਲੋਂ ਵੇਚਿਆ ਤੀਗਾ ਤੇ ਇਸ ਤਰ੍ਹਾਂ ਇਹਦੀ ਕੰਡੀਸ਼ਨ ਤੀਗੀ ਧੰਨਵਾਦ ਜੀ